ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਸੰਧੂ ਹਲਦੀ ਫਾਰਮ YouTube ਚੈਨਲ ਤੇ। ਅੱਜ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਜੀ ਆਪਾਂ। ਅੱਜ ਦੀ ਵੀਡੀਓ ਹੈ ਜੋ ਉਹ ਕੜੀ ਪੱਤੇ ਦੇ ਉੱਪਰ ਲੈ ਕੇ ਆਏ ਜੀ। ਅੱਜ ਤੁਹਾਨੂੰ ਜੀ ਕੜੀ ਪੱਤੇ ਦੀ ਪੂਰੀ ਜਾਣਕਾਰੀ ਦੇਵਾਂਗੇ, ਇਹਦੀ ਕੀ ਵਰਤੋਂ ਹੈ ਜੀ ਤੇ ਇਹਦਾ ਘਰ ਦੇ ਵਿੱਚ ਕੀ ਪ੍ਰਯੋਗ ਹੈ ਜੀ, ਕੀ ਵਰਤੋਂ ਹੈ ਇਹਦੀ, ਉਹ ਸਾਰੀ ਦੱਸਾਂਗੇ। ਆਪਾਂ ਇਸ ਨੂੰ ਕਿਵੇਂ ਯੂਜ਼ ਕਰ ਸਕਦੇ ਹਾਂ ਜੀ, ਸਬਜ਼ੀ ਦੇ ਰੂਪ 'ਚ ਵੀ ਯੂਜ਼ ਕਰ ਸਕਦੇ ਹਾਂ, ਉਹ ਕਿਸ ਤਰੀਕੇ ਨਾਲ ਸਾਰਾ ਦੱਸਾਂਗੇ ਜੀ ਤੁਹਾਨੂੰ। ਅਤੇ ਸਾਡੇ ਨਾਲ ਜੁੜੇ ਰਹੋ ਜੀ, ਐਂਡ ਤੱਕ ਤੁਹਾਨੂੰ ਸਾਰਾ ਦੇਖ ਰੇਖ ਦੇ ਬਾਰੇ ਦੱਸਾਂਗੇ। ਇਹ ਕੜੀ ਪੱਤੇ ਦਾ ਪਲਾਂਟ ਜੀ ਆਪਾਂ ਨੂੰ ਹਰੇਕ ਨਰਸਰੀ ਦੇ ਵਿੱਚ ਮਿਲ ਜੂਗਾ ਜੀ, ਕੋਈ ਵੀ ਨਰਸਰੀ ਹੈ ਤਾਂ ਉੱਥੇ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ। ਇਹ ਲਗਭਗ ਜੀ ਅਸੀਂ 1 ਫੁੱਟ ਦਾ ਲਿਆਂਦਾ ਸੀਗਾ ਅਤੇ ਲਗਭਗ 30 ਰੁਪਏ ਤੋਂ ਲੈ ਕੇ 50 ਰੁਪਏ ਦਾ ਰੇਟ ਹੈ ਜੀ। ਅਗਰ ਇਹਨੂੰ ਘੱਟੋ ਘੱਟ 4-5 ਫੁੱਟ ਦਾ ਲੈਣਾ ਹੈ ਤਾਂ ਇਹਦਾ ਰੇਟ 250-300 ਦੇ ਆਸ ਪਾਸ ਹੋ ਜਾਂਦਾ ਜੀ, ਅਤੇ ਇਸ ਤੋਂ ਜ਼ਿਆਦਾ ਰੇਟ ਨਹੀਂ ਹੈਗਾ ਇਹਦਾ। ਅਤੇ ਉਸ ਤੋਂ ਬਾਅਦ ਇਹਦੀ ਦੇਖ ਰੇਖ ਹੈ ਜੀ, ਦੇਖ ਰੇਖ 'ਚ ਕੋਈ ਜ਼ਿਆਦਾ ਨਹੀਂ ਕਰਨਾ ਜੀ, ਕੋਈ ਕਟਿੰਗ ਨਹੀਂ ਕਰਨੀ ਅਤੇ ਸਿਰਫ ਗੁੱਡ ਗਡਾਈ ਕਰਨੀ ਹੈ। ਅਤੇ ਉਸ ਤੋਂ ਬਾਅਦ ਇਹਦੇ 'ਚ ਨੋਰਮਲ ਪਾਣੀ ਆਪਾਂ ਜਿਵੇਂ ਆਮ ਪੌਦੇ ਨੂੰ ਦਿੰਦੇ ਹਾਂ ਉਸ ਤਰੀਕੇ ਨਾਲ ਆਪਾਂ ਪਾਣੀ ਇਹਨੂੰ ਲਾ ਸਕਦੇ ਜੀ। ਕਿਸੇ ਤਰ੍ਹਾਂ ਦਾ ਵੀ ਇਹਨੂੰ ਕੋਈ ਇਸ ਤਰੀਕੇ ਨਾਲ ਨਹੀਂ ਹੈ ਵੀ ਇਹਨੂੰ ਕੋਈ ਮੇਨਟੇਨ ਕਰਨਾ ਬਹੁਤ ਔਖਾ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇਹ ਦੱਸ ਦਈਏ ਤੁਹਾਨੂੰ ਇਹਦੀ ਕਿਵੇਂ ਪਹਿਚਾਣ ਕਰ ਸਕਦੇ ਹਾਂ ਜੀ। ਜੋ ਇਹਦਾ ਪੱਤਾ ਹੈ ਜੀ ਉਹ ਨਿੰਮ ਦੇ ਵਾਂਗ ਹੈ ਜੀ, ਜਿਵੇਂ ਨਿੰਮ ਦਾ ਪੱਤਾ ਹੁੰਦਾ ਉਸ ਤਰੀਕੇ ਨਾਲ, ਉਸੇ ਤਰ੍ਹਾਂ ਦਾ ਲੰਮਾ ਅਤੇ ਪਤਲੇ ਪਤਲੇ ਪੱਤੇ ਨੇ ਜੀ ਇਹਦੇ, ਅਤੇ ਇਹਦੇ ਨਮੋਲੀ ਲੱਗੀ ਹੁੰਦੀ ਹੈ ਜੀ। ਉਹ ਤਾਂ ਮਤਲਬ ਜਦੋਂ ਵੱਡਾ ਹੁੰਦਾ ਪਲਾਂਟ ਉਸ ਤੋਂ ਬਾਅਦ ਇਹਦੇ 'ਤੇ ਫਲ ਲੱਗਦਾ, ਫਲ ਹੈ ਜੀ ਇਹਦਾ ਜਿਵੇਂ ਨਮੋਲੀ ਹੁੰਦੀ ਹੈ ਉਸ ਤਰੀਕੇ ਨਾਲ। ਅਤੇ ਇੱਕ ਇਹਦਾ ਪੱਤਾ ਅਗਰ ਆਪਾਂ ਖਾ ਕੇ ਦੇਖਾਂਗੇ ਤਾਂ ਖੁਸ਼ਬੂਦਾਰ ਅਤੇ ਮਸਾਲੇਦਾਰ ਹੁੰਦਾ ਜੀ, ਅਤੇ ਉਸ ਦਾ ਜਦੋਂ ਆਪਾਂ ਤੋੜ ਕੇ ਇਹਨੂੰ ਖਾਵਾਂਗੇ ਤਾਂ ਆਪਾਂ ਨੂੰ ਮਸਾਲੇ ਦਾ ਟੇਸਟ ਆਊਗਾ ਵੀ ਆਪਾਂ ਕੋਈ ਮਸਾਲੇ ਦੀ ਚੀਜ਼ ਆਪਾਂ ਨੇ ਮੂੰਹ 'ਚ ਰੱਖ ਲਈ। ਅਤੇ ਇੱਕ ਇਹਦਾ ਥੋੜ੍ਹਾ ਜਿਹਾ ਮਿੱਠਾ ਵੀ ਪੱਤਾ ਮੰਨਿਆ ਜਾਂਦਾ ਜੀ, ਜਿਵੇਂ ਆਪਾਂ ਖਾਂਦੇ ਹਾਂ ਤਾਂ ਇਹਨੂੰ ਮਿੱਠਾ ਪੱਤਾ ਹੁੰਦਾ, ਤਾਂ ਉਸ ਤਰੀਕੇ ਨਾਲ ਆਪਾਂ ਇਹਦੀ ਪਹਿਚਾਣ ਕਰ ਸਕਦੇ ਹਾਂ। ਅਤੇ ਉਸ ਤੋਂ ਬਾਅਦ ਇਹਦੀ ਕੀ ਵਰਤੋਂ ਹੈ ਜੀ, ਆਪਾਂ ਕਿਸ ਤਰੀਕੇ ਨਾਲ ਵਰਤ ਸਕਦੇ ਹਾਂ ਇਹਨੂੰ? ਆਪਾਂ ਜੀ ਸਬਜ਼ੀ ਦੇ ਜਿਵੇਂ ਤੜਕਾ ਲਾਉਂਦੇ ਹਾਂ ਜੀ ਸਬਜ਼ੀ ਦੇ ਵਿੱਚ, ਉਸ ਤਰੀਕੇ ਨਾਲ ਆਪਾਂ ਸਿੱਧਾ ਡਾਇਰੈਕਟ ਇਹਨੂੰ ਪੱਤੇ ਨੂੰ ਸਬਜ਼ੀ ਦੇ ਵਿੱਚ ਤੜਕੇ ਦੇ ਰੂਪ 'ਚ ਆਪਾਂ ਵਰਤ ਸਕਦੇ ਹਾਂ ਜੀ। ਜਿੱਥੇ ਆਪਾਂ ਗਰਮ ਮਸਾਲਾ ਵਗੈਰਾ ਪਾਉਂਦੇ ਹਾਂ ਉਸ ਦੀ ਜਗ੍ਹਾ ਆਪਾਂ ਕੜੀ ਪੱਤੇ ਦਾ ਪੱਤਾ ਪਾ ਸਕਦੇ ਹਾਂ ਜੀ। 2-4 ਪੱਤੇ ਇੱਕ ਵਾਰ 'ਚ ਪਾ ਲਓ। ਅਤੇ ਉਸ ਤੋਂ ਬਾਅਦ ਇਹਨੂੰ ਅਗਰ ਆਪਾਂ ਉਸ ਤਰੀਕੇ ਨਾਲ ਦਾਲ ਸਬਜ਼ੀ ਦੇ ਵਿੱਚ ਨਹੀਂ ਯੂਜ਼ ਕਰਨਾ ਤਾਂ ਇਹਨੂੰ ਆਪਾਂ ਵੈਸੇ ਵੀ ਖਾ ਸਕਦੇ ਹਾਂ। ਅਗਰ 3-4 ਪੱਤੇ ਡੇਲੀ ਖਾਈਏ ਤਾਂ ਆਪਣੇ ਮਤਲਬ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਹੈ। ਤਾਂ ਸਭ ਤੋਂ ਪਹਿਲਾਂ ਇਹਦਾ ਪਹਿਲਾ ਫਾਇਦਾ ਇਹ ਹੈ ਜੀ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਜਿਨ੍ਹਾਂ ਨੂੰ ਸ਼ੂਗਰ ਵੱਧ ਹੈ ਤਾਂ ਉਹਦੇ ਵਾਸਤੇ ਸ਼ੂਗਰ ਨੂੰ ਮੇਨਟੇਨ ਕਰਦਾ ਜੀ। ਸ਼ੂਗਰ ਦਾ ਲੇਵਲ ਹੈ ਜੋ ਆਪਣੇ ਬੋਡੀ ਦੇ ਵਿੱਚ, ਖੂਨ ਦੇ ਵਿੱਚ, ਉਹਨੂੰ ਮੇਨਟੇਨ ਕਰਦਾ ਜੀ, ਸ਼ੂਗਰ ਨਹੀਂ ਵਧਣ ਦਿੰਦਾ, ਨੋਰਮਲ ਰੱਖਦਾ। ਅਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ, ਅਗਰ ਕੋਈ ਸ਼ੂਗਰ ਦਾ ਮਰੀਜ਼ ਇਹਨੂੰ ਖਾਂਦਾ ਡਾਇਰੈਕਟ 2-3 ਪੱਤੇ ਡੇਲੀ ਲੈਂਦਾ ਤਾਂ ਉਹਦਾ ਕੋਈ ਸਾਈਡ ਇਫੈਕਟ ਨਹੀਂ। ਉਸ ਤੋਂ ਬਾਅਦ ਮੋਟਾਪੇ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਹੈ ਜੀ, ਮੋਟਾਪਾ ਨਹੀਂ ਆਉਣ ਦਿੰਦਾ ਜੀ ਸਰੀਰ ਦੇ ਵਿੱਚ, ਅਤੇ ਨੋਰਮਲ ਰਹਿੰਦਾ ਮੋਟਾਪਾ ਬਿਲਕੁਲ। ਅਤੇ ਉਸ ਤੋਂ ਬਾਅਦ ਜੀ ਇਹਦਾ ਬਾਲਾਂ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਹੈ, ਬਾਲਾਂ ਵਾਸਤੇ ਬਾਲਾਂ ਦੀ ਗਰੋਥ ਹੁੰਦੀ ਹੈ ਜੀ, ਅਤੇ ਜਿਵੇਂ ਚਿੱਟੇ ਵਾਲ ਆ ਜਾਂਦੇ ਮਤਲਬ ਟਾਈਮ ਤੋਂ ਪਹਿਲਾਂ ਏਜ ਦੇ ਵਿੱਚ ਤਾਂ ਉਹ ਵੀ ਨਹੀਂ, ਬਿਲਕੁਲ ਬਹੁਤ ਜ਼ਿਆਦਾ ਘੱਟ ਚਾਂਸ ਹੈ ਉਸ ਚੀਜ਼ ਦੇ। ਤਾਂ ਇਹਨੂੰ ਰੈਗੂਲਰ ਆਪਾਂ ਜੀਵਨ ਦੇ ਵਿੱਚ ਆਪਣੇ ਮਤਲਬ ਡੇਲੀ ਲਾਈਫ ਦੇ ਵਿੱਚ ਆਪਾਂ ਯੂਜ਼ ਕਰੀਏ ਤਾਂ ਇਹਦਾ ਬਹੁਤ ਜ਼ਿਆਦਾ ਫਾਇਦੇਮੰਦ ਹੈ ਜੀ। ਵਾਲ ਝੜ ਨਹੀਂ ਦਿੰਦਾ ਜੀ, ਵਾਲ ਕਾਲੇ ਰਹਿੰਦੇ ਨੇ ਅਤੇ ਲੰਮੇ ਗਰੋਥ ਬਹੁਤ ਜ਼ਿਆਦਾ ਹੁੰਦੀ ਹੈ। ਅਤੇ ਉਸ ਤੋਂ ਬਾਅਦ ਇਹਦਾ ਜਿਵੇਂ ਇਹਦੇ ਵਿੱਚ ਵਿਟਾਮਿਨ ਏ, ਬੀ, ਸੀ, ਈ ਦੇ ਨਾਲ ਫੋਲਿਕ ਐਸਿਡ ਵੀ ਪਾਇਆ ਜਾਂਦਾ ਜੀ, ਜੋ ਆਪਣੇ ਸਰੀਰ ਦੀ ਪ੍ਰਤੀਰੋਗ ਸ਼ਮਤਾ ਜੀ ਉਹਨੂੰ ਬਣਾਉਂਦਾ ਜੀ, ਉਹਨੂੰ ਵਧਾਉਂਦਾ। ਤਾਂ ਉਹਦੇ ਕਾਰਨ ਆਪਾਂ ਨੂੰ ਬਿਮਾਰੀਆਂ ਤੋਂ ਬਚਤ ਹੈ ਬਹੁਤ ਜ਼ਿਆਦਾ। ਅਗਰ ਆਪਾਂ ਇਹਨੂੰ ਡੇਲੀ ਲਾਈਫ ਦੇ ਵਿੱਚ ਖਾਈਏ ਤਾਂ ਇਹਦਾ ਬਹੁਤ ਜ਼ਿਆਦਾ ਹੀ ਫਾਇਦਾ ਹੈ। ਇਸ ਤੋਂ ਬਾਅਦ ਜੀ ਇਹ ਪਾਚਨ ਸ਼ਕਤੀ ਨੂੰ ਬਹੁਤ ਜ਼ਿਆਦਾ ਵਧੀਆ ਰੱਖਦਾ ਜੀ, ਪਾਚਨ ਸ਼ਕਤੀ ਆਪਣੀ ਵੱਧਦੀ ਆਪਣੀ, ਤਾਂ ਉਸ ਦੇ ਕਾਰਨ ਆਪਣਾ ਖਾਣਾ ਪੀਣਾ ਜੋ ਉਹ ਸਹੀ ਹਜ਼ਮ ਹੁੰਦਾ। ਅਤੇ ਇਸ ਤੋਂ ਬਾਅਦ ਜੀ ਇਹਦਾ ਜਿਵੇਂ ਤੁਹਾਨੂੰ ਦੱਸਿਆ ਸੀਗਾ ਵਾਲਾਂ ਵਾਸਤੇ ਬਹੁਤ ਜ਼ਿਆਦਾ ਵਧੀਆ ਸੀ, ਅਤੇ ਵਾਲਾਂ ਦਾ ਜਿਹੜਾ ਹੇਅਰ ਗਰੋਥ ਦੇ ਵਾਸਤੇ ਜਾਂ ਹੇਅਰ ਪ੍ਰੋਡਕਟ ਆਉਂਦੇ ਨੇ ਜਿੰਨੇ ਵੀ ਓਇਲ ਵਗੈਰਾ ਜਾਂ ਸ਼ੈਂਪੂ ਵਗੈਰਾ ਉਹਦੇ ਵਿੱਚ ਵੀ ਇਹ ਯੂਜ਼ ਹੁੰਦਾ ਆਯੁਰਵੇਦਾ ਦੇ ਰੂਪ 'ਚ। ਅਤੇ ਉਸ ਤੋਂ ਬਾਅਦ ਜੀ ਇੱਕ ਇਹਦਾ ਖੂਨ ਦਾ ਦੌਰ ਹੈ ਜੋ ਉਹ ਸਹੀ ਰੱਖਦਾ ਜੀ, ਉਹਦੇ ਕਾਰਨ ਬਲੱਡ ਪ੍ਰੈਸ਼ਰ ਹੈ ਜੋ ਆਪਣਾ ਨੋਰਮਲ ਰਹਿੰਦਾ ਉਹਨੂੰ ਵਧਣ ਨਹੀਂ ਦਿੰਦਾ ਅਤੇ ਖੂਨ ਸਾਫ਼ ਕਰਦਾ ਜੀ। ਅਤੇ ਮੂੰਹ ਦੇ ਵਿੱਚ ਜਿਵੇਂ ਛਾਲੇ ਵਗੈਰਾ ਨੇ ਉਹ ਚੀਜ਼ ਨੂੰ ਬਹੁਤ ਜ਼ਿਆਦਾ ਫਾਇਦੇਮੰਦ ਹੈ, ਦੰਦਾਂ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਹੈ ਜੀ। ਅਤੇ ਇਹਦੇ ਇੰਨੇ ਜ਼ਿਆਦਾ ਫਾਇਦੇ ਨੇ ਜੀ ਆਪਾਂ ਗਿਣ ਨਹੀਂ ਸਕਦੇ, ਅਤੇ ਇਹ ਕੁਦਰਤ ਦਾ ਇੱਕ ਤੋਹਫ਼ਾ ਜੀ ਆਪਾਂ ਨੂੰ, ਆਪਣੇ ਹਰ ਘਰ ਦੇ ਵਿੱਚ ਇਹ ਜ਼ਰੂਰੀ ਹੈ ਜੀ, ਤਾਂ ਸਿਹਤ ਵਾਸਤੇ ਬਹੁਤ ਜ਼ਿਆਦਾ ਚੰਗਾ ਜੀ। ਤਾਂ ਇਹਨੂੰ ਜ਼ਰੂਰ ਲਾਓ ਜੀ ਵੱਧ ਤੋਂ ਵੱਧ ਆਪਣੇ ਘਰ ਦੇ ਵਿੱਚ, ਕਿਉਂਕਿ ਬਿਮਾਰੀਆਂ ਬਹੁਤ ਜ਼ਿਆਦਾ ਵਧੀ ਜਾਂਦੀਆਂ ਨੇ ਤਾਂ ਆਪਾਂ ਨੂੰ ਇਹਨਾਂ ਚੀਜ਼ਾਂ ਬਾਰੇ ਨੌਲੇਜ ਨਹੀਂ ਹੁੰਦੀ ਅਤੇ ਵੀ ਆਪਾਂ ਘਰ ਦੇ ਵਿੱਚ ਜਿਵੇਂ ਕੜੀ ਪੱਤੇ ਦੀ ਕੀ ਵੈਲਿਊ ਹੈ, ਤਾਂ ਉਹ ਚੀਜ਼ ਜ਼ਰੂਰ ਲਾਓ ਜੀ। ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ, ਅਤੇ ਵੱਧ ਤੋਂ ਵੱਧ ਸ਼ੇਅਰ ਕਰੋ।
ਸਤਿ ਸ਼੍ਰੀ ਅਕਾਲ ਜੀ।